ਇਹ ਕਮਾ ਆ ਇਧਰੋਂ ਦੇਖ ਕੇ ਨਾ ਸਾਰਾ ਇਧਰ ਧਾਰ ਦੇ ਮਿੰਟਾਂ ਚ। ਇਹ ਆ ਜੀ ਰਸ਼ਨ, ਇਹ ਆਪਣੇ ਘਰਦਿਆਂ ਦੇ ਕਲੇਸ਼ ਤੋਂ ਬਹੁਤ ਹੀ ਜ਼ਿਆਦਾ ਅੱਕਿਆ ਹੋਇਆ ਹੈ, ਇਸ ਕਰਕੇ ਜ਼ਿਆਦਾਤਰ ਇਹ ਖਿਜਿਆ ਖਿਜਿਆ ਹੀ ਰਹਿੰਦਾ ਹੈ। ਆਪਦੇ ਪਿਓ ਵਾਲੇ ਲੱਛਣਾਂ ਤੇ ਆ ਜਾ ਹਨਾ। ਇਹ ਆ ਜੀ ਪਾਲੋ, ਇਹ ਬਹੁਤ ਹੀ ਜ਼ਿਆਦਾ ਗਰਮ ਸੁਭਾਅ ਦੀ ਜਨਾਨੀ ਹੈ, ਇਹ ਮੂੰਹ ਵਿੱਚੋਂ ਅਜਿਹੇ ਕੌੜੇ ਲਫ਼ਜ਼ ਬਾਹਰ ਕੱਢਦੀ ਹੈ, ਦੱਸਣ ਨਾਲ ਉਹ ਸਵਾਦ ਨਹੀਂ ਆਉਣਾ, ਤੁਸੀਂ ਆਪ ਹੀ ਸੁਣ ਲਓ। ਤੇਰਾ ਪਿਓ ਵੀ ਉਤੋਂ ਕੰਮ ਕਰਵਾ ਲਿਆ, ਉਤੋਂ ਕੰਮ ਕਰਵਾ ਲਿਆ, ਆਪ ਹੱਥ ਲਾ ਕੇ ਨਹੀਂ ਰਾਜੀ ਹੈਗਾ, ਤੂੰ ਆਪ ਕਰਿਆ ਕਰ ਪੁੱਤ ਸਾਰਾ ਕੰਮ। ਮੈਂ ਤਾਂ ਮਾਂ ਰੋਜ਼ ਇਹ ਕਰਦਾ, ਅੱਜ ਇਹ ਕਰ ਲੂ ਫਿਰ ਕਿਹੜਾ ਘਾਟਾ ਪੈਂਦਾ ਆ। ਉੱਤੇ ਤੂੰ ਆ ਕੋਲ 4 ਦਿਨ ਛੁੱਟੀਆਂ ਕੱਟਣ ਆਇਆ ਹੈ ਤੇ ਤੂੰ ਮੈਨੂੰ ਆ ਕੇ ਆਪਦੇ ਕੰਮ ਵੀ ਲਾ ਲਿਆ, ਇਹਦਾ ਤਾਂ ਆਪਦਾ ਬਥੇਰਾ ਕੰਮ ਹੁੰਦਾ। ਉਹ ਇਸ ਦਾ ਫਾਇਦਾ ਵਧੀਆ ਪੜ੍ਹਨ ਲੱਗ ਜੂਗਾ। ਆਹੋ ਤੂੰ ਤਾਂ ਡੀਐਸਪੀ ਲੱਗਿਆ ਹੋਇਆ ਜੀ, ਮੇਰਾ ਪਿਓ ਲੱਗਿਆ। ਤੂੰ ਮੇਰੀ ਗੱਲ ਸੁਣ, ਜਾ ਕੇ ਨਾ ਉਹ ਵੀ ਦੇ ਕੇ ਕਰੋ, ਤੇਰੇ ਪਿਓ ਨੂੰ ਬੁਲਾ ਲਿਆ, ਦੇਖਦਾ ਕੱਲ ਦਾ ਜਿਉਂ ਗਿਆ ਹੈ, ਸਾਰੀ ਰਾਤ ਜਾਗੋ ਲਾਂਗੀ, ਸਾਰੇ ਨੱਚ ਟੱਪ ਕੇ ਆਪਦੇ ਘਰਾਂ ਨੂੰ ਵਾਗੇ, ਤੇਰਾ ਪਿਓ ਹਜੇ ਤੱਕ ਨਹੀਂ ਆਇਆ, ਉਹਨੂੰ ਬੁਲਾ ਲਿਆ। ਮਾਂ ਕੱਲ ਦਾ ਤੁਸੀਂ ਇਕੱਠੇ ਗਏ ਸੀਗੇ, ਫਿਰ ਤੂੰ ਇਕੱਲੀ ਆ ਗਈ। ਓਹੋ ਕੱਲੀ ਨੂੰ ਮੈਂ ਕੀ ਕਰਾਂ, ਮੈਂ ਬਥੇਰਾ ਗਿਆ, ਮੈਂ ਕਿਹਾ ਆ ਜਾ ਚੱਲੀਏ, ਆ ਜਾ ਚੱਲੀਏ, ਮੈਨੂੰ ਕਹਿੰਦਾ ਨਾ, ਮੇਰੇ ਤਾਂ ਫਿਰ ਭੀੜੇ ਨੇ ਚੌਕੀ ਲੱਗ ਗਿਆ ਕਿ ਸਾਰੇ ਵਿਆਹ ਚ ਨਾ ਤੇਰਾ ਹੱਕ ਬਣਦਾ, ਚਾਚਾ ਭਾਂਡਾ ਜੀ ਦਾ ਮੂੰਹ ਕੇ ਜਾਈ, ਤੇ ਭਾਂਡਾ ਜੀ ਦਾ ਤਾਂ ਛੱਡ, ਮੈਨੂੰ ਲੱਗਦਾ ਚਾਹ ਭਾਂਡ ਕਰਕੇ ਤੇ ਵੀ ਸਭ ਦਾ ਨਿਬੜ ਗਿਆ ਹੁੰਦੇ, ਤੇ ਹਜੇ ਤੱਕ ਨਹੀਂ ਆਇਆ। ਬੇ ਮੈਂ ਤੈਨੂੰ ਕਹਿੰਦੀ ਆ, ਬੋਲਦਾ ਕਿਉਂ ਨਹੀਂ? ਸੁਣਦਾ ਮਾਂ ਮੈਂ ਬੋਲਾ ਥੋੜੀ ਆ, ਹਾਂ ਹੁਣ ਮੈਂ ਕਿੱਥੇ ਕਿੱਥੇ ਉਹਦੇ ਮਗਰ ਫਿਰਾਂ, ਤੂੰ ਲੱਭਦਾ ਲੱਭ ਲੈ ਜਾ ਕੇ। ਬੇ ਲੱਭਣ ਨੂੰ ਕਿਹੜਾ ਉਹ ਗਵਾਚਿਆ ਹੋਇਆ, ਆ ਵੀ ਰੇ ਕੇ ਘਰੇ ਤਾਂ ਹੈਗਾ, ਮਰ ਜਾ ਪਰਦੇ ਨਾ ਬੁਲਾ ਲਿਆ, ਕਿ ਡੈਡੀ ਮੰਮੀ ਬੁਲਾਉਂਦੀ ਆ ਤੈਨੂੰ। ਤੂੰ ਆਪੇ ਜਾ ਕੇ ਬੁਲਾ ਲੈ, ਮੈਂ ਹੋਰ ਵੀ ਕੰਮ ਕਰਨੇ ਨੇ। ਲੈ ਇੱਕ ਤਾਂ ਦਫਾ ਹੁਣ ਇਹ ਵੀ ਨਹੀਂ ਆਖੇ ਲੱਗਦਾ ਹੈਗਾ, ਮੈਨੂੰ ਹੀ ਜਾਣਾ ਪੈਣਾ। ਚੱਲ ਮਾੜਾ ਜਿਹਾ ਧਿਆਨ ਰੱਖਿਓ, ਤੁਸੀਂ ਨਾ ਜਾਇਓ ਕਿਤੇ। ਉਹ ਧਰਮ ਨਾਲ ਪਤਾ ਨਹੀਂ ਕੀ ਤਾਂ ਖਾਂਦੀ ਆ ਕੀ ਨਾ, ਜਮੀ ਨਹੀਂ ਮੇਰੀ ਮਾਂ ਬੋਲਣੋਂ ਹਟਦੀ ਹੈਗੀ। ਓਏ ਤੂੰ ਆਪਦੀ ਭੂਆ ਦੇ ਮਗਰ ਲੱਗਿਆ ਕਰ, ਮੇਰਾ ਕੰਮ ਚੰਗੀ ਤਰ੍ਹਾਂ ਪੂਰਾ ਕਰ ਦੇ, ਨਾਲੇ ਹੌਲੀ ਹੌਲੀ ਤੂੰ ਸਿੱਖ ਜਾਏਗਾ। ਲੈ ਮੈਂ ਜਾਵਾਂ ਉਹਨਾਂ ਦੇ ਘਰੇ, ਉੱਥੋਂ ਦੇਖਾਂ ਪਤਾ ਨਹੀਂ ਕੀ ਕਰੀ ਜਾਂਦਾ ਹੋਊਗਾ। ਹੈ ਵੀ ਟਾਈਮ ਨਾ, ਹਾਏ ਦੂ ਮੈਂ ਮਰ ਜਾ, ਆ ਕਿਹੜਾ ਸੌ ਗਿਆ ਇੱਥੇ ਮੱਝਾ ਡਾ ਕੇ ਭਲਾ, ਹਾਏ ਹੱਦ ਹੋਈ ਪਈ ਐ। ਮੈਂ ਕਿਹੜਾ ਪਾਈ, ਕਮਾਲ ਹੋ ਗਈ ਬਾਜ ਵੀ ਦਿੰਦਾ ਹੈਗਾ, ਵੀ ਇੰਨੀ ਠੰਡ ਹੈ ਭਲਾ, ਮੈਂ ਸੁਣਦਾ ਨਹੀਂ। ਓਏ ਹਾਂ ਉਹ ਤੇਰਾ ਖਾਸ ਮਾਤਰਾ, ਹੋਰ ਕੌਣ ਹੈ? ਇਹ ਆ ਜੀ ਜੱਗਾ, ਇਹ ਬਹੁਤ ਹੀ ਜ਼ਿਆਦਾ ਭੋਲਾ ਇਨਸਾਨ ਹੈ, ਇਸ ਨੂੰ ਚਲਾਕ ਲੋਕ ਮਿੰਟਾਂ ਵਿੱਚ ਹੀ ਆਪਣੇ ਮਗਰ ਲਾ ਲੈਂਦੇ ਹਨ ਤੇ ਇਸ ਨੂੰ ਆਪਣੀ ਉਂਗਲਾਂ ਤੇ ਨਚਾਉਂਦੇ ਹਨ। ਇਸ ਦੀ ਕਮਜ਼ੋਰੀ ਹੈ ਪੈਸਾ, ਪੈਸੇ ਪਿੱਛੇ ਇਹ ਕੁਝ ਵੀ ਕਰ ਸਕਦਾ ਹੈ। ਤੂੰ ਕਿਹੜੇ ਵੇਲੇ ਆ ਕੇ ਇੱਥੇ ਪੈ ਗਿਆ ਬੇ? ਓਏ ਰਾਤ ਨੂੰ ਆਇਆ ਸੀ 10 ਵਜੇ ਮੈਂ, ਉਹਨਾਂ ਦਾ ਸਾਰਾ ਕੰਮ ਨਿਬੇੜ ਕੇ ਨਾ ਵਿਆਹਣ ਦਾ, ਮੈਂ ਸੋਚਿਆ ਕਾਹਨੂੰ ਬਾਹਰ ਖੜਕਾਉਣਾ, ਕੱਲ ਸੁੱਤੇ ਪਏ ਹੋਣਗੇ, ਮੈਂ ਤਾਂ ਉਰੇ ਪੈ ਗਿਆ। ਉਰੇ ਫਿਰ ਮੈਨੂੰ ਠੰਡ ਕੀ ਠੰਡ ਲੱਗੀ ਆ, ਮੈਂ ਤਾਂ ਬਹੁਤ ਔਖਾ ਹੋਇਆ। ਬੇ ਔਖਾ ਤਾਂ ਹੋਣਾ ਹੀ ਸੀਗਾ, ਵੀ ਦੱਸ ਕਿਹੜਾ ਬੁਲਾਇਤ ਚ ਸੀਗਾ ਤੂੰ ਪਿਆ ਹੈ, ਤੇ ਆ ਤਾਂ ਨਾਲ ਗੇਟ ਹੈ, ਮਾੜਾ ਜਿਹਾ ਖੜਕਾ ਦਿੰਦਾ ਮੈਂ ਖੋਲ ਦਿੰਦੀ, ਠੰਡ ਹੀ ਲੱਗਣੀ ਸੀਗੀ। ਇਹ ਤਾਂ ਮੈਂ ਕੱਪੜੇ ਦੇਖ, ਮੈਂ 2 ਵਜੇ ਉੱਠ ਕੇ ਨਾ ਜਦੋਂ ਬਾਥਰੂਮ ਗਿਆ ਨਾ, ਫਿਰ ਕੱਪੜੇ ਪਾਏ ਨੇ। ਆਹੋ ਅਖੇ ਮੈਂ ਕੱਪੜੇ ਪਾਏ ਨੇ, ਤੇਰੇ ਕਿਹੜਾ ਪੈਸੇ ਲੱਗੇ ਹੋਏ ਨੇ? ਬੇ ਆ ਨਾ ਮੈਂ ਆ ਸਵਾਟਰ ਮੈਂ ਨਵੀਂ ਤਾਂ ਲੈ ਕੇ ਆਈ ਆ, ਵੀ ਕਿਤੇ ਆਉਣਾ ਜਾਣਾ ਪੈ ਜਾਂਦਾ ਹੈ, 100 ਕੋਈ ਕਬੀਲਦਾਰੀ ਦੇ ਵਿੱਚ ਆਪਾਂ ਨੂੰ ਲੀੜਾ ਕੱਪੜਾ ਪਾਉਣਾ ਪੈਂਦਾ ਹੈ, ਕਿਤੇ ਜਾਣਾ ਪੈਂਦਾ, ਤੂੰ ਇਹ ਨਵਾਂ ਕਾ ਤੋਂ ਚੱਕ ਕੇ ਪਾ ਲਿਆ? ਓਏ ਵਿਆਹ ਦਾ ਆਇਆ ਉੱਥੇ ਨਵੀਂ ਪਾਉਣੇ ਤੇ। ਬੇ ਪਾਇਆ ਤਾਂ ਤੂੰ ਰਾਤ ਨੂੰ ਆ, ਅਖੇ ਵਿਆਹ ਲੈ ਦੇ, ਮੈਨੂੰ ਲੱਗਦਾ ਜ਼ਿਆਦਾ ਪੀ ਪੀ ਕੇ ਤੇਰਾ ਵੀ ਦਿਮਾਗ ਉਲਟਿਆ ਪਿਆ, ਜੇ ਠੰਡ ਨਾ ਲੱਗੂ ਤਾਂ ਹੋਰ ਕੀ ਹੋਊਗਾ ਦੱਸੀ ਮੈਨੂੰ, ਨਾ ਕੋਈ ਥੱਲੇ ਦਰੀ ਵਿਛੀ ਹੋਈ ਆ, ਉੱਤੇ ਆਹ ਭੋਰਾ ਪਤਲਾ ਜਾਂ ਤੇਰੇ ਕੰਬਲ ਆ, ਤੈਨੂੰ ਠੰਡ ਹਟੂ ਕਿਵੇਂ, ਮੈਨੂੰ ਐਂ ਦੱਸ। ਉਹ ਤੇਰਾ ਹੱਕ ਨਹੀਂ ਬਣਦਾ ਦੀ ਵੀ ਮੇਰੇ ਘਰ ਰਾਤ ਨੂੰ ਆਇਆ ਨਹੀਂ, ਮੈਂ ਮਾੜਾ ਜਿਹਾ ਦੇਖ ਲਾਂ ਕਿੱਥੇ ਆ ਉਹ।
ਵੀ ਮੈਂ ਵੀ ਥੱਕੀ ਆਈ ਆ ਉਹਨਾਂ ਦੇ ਘਰੋਂ ਹੈ, ਸਾਰੀ ਕਬੀਲਦਾਰੀ ਤਾਂ ਉਹਨਾਂ ਨੇ ਆਪਣੇ ਸਿਰ ਤੇ ਪਾ ਰੱਖੀ ਆ ਵਿਆਹ ਦੀ ਹੈ, ਮੇਰੀ ਗੱਲ ਸੁਣ ਲੈ ਮਾੜਾ ਮੋਟਾ ਨਾ ਦਿਮਾਗ ਤੋਂ ਕੰਮ ਲਿਆ ਕਰ, ਅੰਦਰ ਆ ਕੇ ਪੈ ਜਾਂਦਾ ਕਾਹਨੂੰ ਠੰਡ ਲੱਗ ਜਾਂਦੀ, ਤੈਨੂੰ ਕੋਈ ਗੱਲ ਹੋ ਜੇ ਕੱਲ ਨੂੰ ਤੇਰੇ ਮਾਂ ਪਿਓ ਨੇ ਮੇਰਾ ਖੇੜਾ ਨੀ ਛੱਡਣਾ ਹੈਂ, ਵੀ ਸਾਡੇ ਮੁੰਡੇ ਦੀ ਭੋਰਾ ਗੌਰ ਨਹੀਂ ਕਰਦੀ ਠੰਡ 'ਚ ਮਰੀ ਜਾਂਦਾ। ਪਰ ਮਾਂ ਪਿਓ ਦਾ ਸਹੀ ਥਾਂ ਤੇ ਨਾ ਤੂੰ ਕਿਹੜਾ ਗੌਰ ਕਰਦੀ ਆ? ਕਰਦੀ ਆ ਗੌਰ ਨਾਲੇ ਕੁਛ ਹੋਰ। ਓਏ ਤੂੰ ਕੀ ਸੋਚ ਕੇ ਆਇਆ ਉਰੇ, ਸਾਡੇ ਤਾਂ ਪਹਿਲੀ ਨਹੀਂ ਕਲੇਸ਼ ਮੁੱਕਦਾ ਹੈਗਾ, ਉੱਤੋਂ ਤੇਰਾ ਪਿਓ ਕਹਿੰਦਾ ਸਾਡੀ ਭੈਣ ਤਾਂ ਗਊ ਆ ਗਊ ਆ, ਆਹ ਦੇਖ ਲਾ ਮੇਰੇ ਪਿਓ ਨੂੰ ਸਿੰਗਾਂ 'ਚ ਚੱਕ ਰੱਖਿਆ, ਉਹ ਵਿਚਾਰਾ ਜਮੀ ਨਹੀਂ ਬੋਲਦਾ ਹੈਗਾ। ਉਸ ਭਰਾਵਾ ਸਾਡੇ ਤਾਂ ਆਪ ਆਹੀ ਹਾਲ ਆ, ਤਾਂ ਤਾਂ ਇੱਥੇ ਸੁੱਟੀ ਕੱਟਣਾ ਹੈਗਾ। ਪੈ ਜਾਣਾ ਵੀ ਤੈਨੂੰ ਧੱਕੇ ਦੇਣ ਵਾਲੀ ਗੱਲ ਹੋ ਜਾਂਦੀ ਹੈ ਵੀ ਅਗਲੇ ਤੈਨੂੰ ਧੱਕੇ ਦੇ ਕੇ ਕੱਢਣਗੇ। ਓ ਤਾਂ ਨੂੰ ਇਹ ਗੱਲ ਕਾਹਨੂੰ ਦੀ, ਓਏ ਬਾਰ ਬਾਰ ਰੋਕੀ ਗਏ ਹੋ ਭਾਈ, ਆਹ ਕੰਮ ਵੀ ਪਿਆ ਕਰ ਲਾ, ਆਹ ਕੰਮ ਵੀ ਪਿਆ। ਤੇ ਫਿਰ ਤੈਨੂੰ ਸ਼ਰਮ ਆਈ? ਤੈਨੂੰ ਸ਼ਰਮ ਆਈ? ਦੇਖ ਲਾ ਵੀਰੇ ਨੇ ਤੈਨੂੰ ਵਿਆਹ ਤੋਂ 10 ਦਿਨ ਪਹਿਲਾਂ ਕਿਹਾ ਵੀ ਚਾਚਾ ਸਾਰੀ ਜ਼ਿੰਮੇਵਾਰ ਵਿਆਹ ਦੀ ਤੇਰੀ ਆ ਤੇ ਚਾਚੀ ਦੀ ਆ, ਤੇ ਤੂੰ ਵੀ ਇੰਨੀ ਤਾਂ ਉਹਨਾਂ ਦੇ ਰਿਸ਼ਤੇਦਾਰਾਂ ਨੇ ਨੀ ਪੀਤੀ ਹੈਗੀ, ਇੰਨੀ ਤਾਂ ਉਹਨਾਂ ਦੇ ਰਿਸ਼ਤੇਦਾਰਾਂ ਨੇ ਉਹਨੂੰ ਡੱਫੀ ਜੀ ਦੀ ਤਾਏ ਡੱਫੀ ਆ, ਤੈਨੂੰ ਤਾਂ ਇਹ ਵੀ ਨੀ ਪਤਾ ਲੱਗਿਆ ਤੇਰੇ ਰਜਾਈ ਹੈਗੀ ਆ ਕਿ ਨਹੀਂ? ਓਏ ਪਤਾ ਨਹੀਂ ਲੱਗਿਆ ਹੈਗਾ, ਠੰਡ ਦੀ ਜ਼ਿਆਦੇ, ਜਿਹੜਾ ਕੰਬਲ ਮਿਲਿਆ ਮੈਂ ਤਾਂ ਉਹੀ ਉੱਟ ਕੇ ਪੈ ਗਿਆ। ਨਾ ਜਦੋਂ ਤੂੰ 2 ਵਜੇ ਉੱਠਿਆ ਫਿਰ ਉਦੋਂ ਤੇਰੇ ਤੋਂ ਅੰਦਰ ਨਹੀਂ ਪਿਆ ਗਿਆ, ਉਦੋਂ ਤੈਨੂੰ ਕੀ ਹੋਇਆ ਸੀ? ਓਏ ਉਦੋਂ ਮਹਾਂ ਤੈਨੂੰ ਠਾਲ ਲਈਆਂ ਜਾਂ ਥੱਕੀ ਆਈ ਹੋਣੀ ਸੌਂ ਜਾਣ ਦੇ। ਮੈਂ ਹੋਰ ਤਾਂ ਮੰਜੇ ਬਥੇਰੇ ਨੇ, ਠਾਲਣ ਦੀ ਗੱਲ ਤਾਂ ਐਂ ਕਰਦਾ ਜਿਵੇਂ ਮੈਂ ਤੈਨੂੰ 2 ਵਜੇ ਰੋਟੀ ਪਕਾ ਕੇ ਦੇਣੀ ਹੈ। ਓਏ ਹੱਥ ਬਣਾ ਲਾ, ਉਹਨੂੰ ਚਾਹ ਦੀ ਕੱਪੀ ਪਿਲਾ ਦੇ, ਮੈਂ ਉਹਨਾਂ ਦੇ ਘਰੇ ਜਾਣਾ ਦੁਬਾਰਾ। ਚਾਹ ਦੀ ਕੱਪੀ ਪਿਲਾ ਦੇ, ਨਾ ਮੂੰਹ ਧੋਤਾ ਨਾ ਬੁਰਸ਼ ਕੀਤਾ ਨਾ ਕੋਈ ਕੁਰਲੀ ਕੀਤੀ, ਲਿਆ ਦੇ ਇਹਨੂੰ ਚਾਹ, ਖੜੇ ਹਣ ਮਾਰੀ ਜਾਂਦੀ ਹੈ। ਓਏ ਸ਼ੇਰਾਂ ਦੇ ਕਿਨੇ ਮੂੰਹ ਧੋਤੇ ਨੇ? ਜਾਣਦੀਆਂ ਮੈਂ ਤੈਨੂੰ ਸ਼ੇਰ ਨੂੰ, ਜਾਣਦੀਆਂ ਮੈਂ ਤੈਨੂੰ ਸ਼ੇਰ ਨੂੰ, ਜੇ ਤੂੰ ਐਡਾ ਸ਼ੇਰ ਹੁੰਦਾ ਨਾ ਮਾੜੀ ਜਿਹੀ ਅਣਖ ਰੱਖਦਾ ਵੀ ਲੋਕ ਤੈਨੂੰ ਕੀ ਕਹਿਣਗੇ, ਭਲਾ ਹੈ ਵੀ ਆਹ ਦੇਖ ਲੈ ਪਾਲੋ ਦੇ ਘਰ ਵਾਲਾ ਕਿਵੇਂ ਰੱਜਿਆ ਫਿਰਦਾ। ਓਏ ਮੈਂ ਕਾਹਨੂੰ ਪਿੰਡਾਂ ਦੀ, ਉਹ ਤਾਂ ਉਹੀ ਇੱਕ ਪੈਗ ਲਾ ਲਾ ਬਾਈ, ਥੱਕਿਆ ਹੋਵੇਗਾ, ਮੈਂ ਇੱਕ ਪੈਗ ਲਾ ਲਿਆ, ਰੱਜਿਆ ਨਾ ਕਿਤੇ। ਇੱਕ ਪੈਗ ਵਾਲੀ ਤੈਨੂੰ ਸੁਰਤ ਹੈਗੀ ਹੈ? ਜੇ ਤੇਰਾ ਇੱਕ ਪੈਗ ਲੱਗਿਆ ਹੁੰਦਾ ਨਾ ਤਾਂ ਤੈਨੂੰ ਸੁਰਤ ਹੁੰਦੀ ਵੀ ਮੈਂ ਆਪਦੇ ਘਰੇ ਆਇਆ, ਮੈਂ ਸੁੱਖ ਨਾਲ ਜਵਾਕ ਕੋਲੇ ਜਾਵਾਂ ਉੱਥੇ ਜਾ ਕੇ ਮੈਂ ਪਵਾਂ, ਹੈ ਇੱਕ ਨਹੀਂ ਲੱਗਿਆ ਹੋਇਆ, ਇੱਕ ਤਾਂ ਤੂੰ ਛੱਡ, ਤੇਰੇ ਤਾਂ 5-7 ਲੱਗੇ ਹੋਏ ਨੇ, ਤਾਂ ਹੀ ਤਾਂ ਤੈਨੂੰ ਪਤਾ ਨਹੀਂ ਲੱਗਿਆ। ਜਲੂਸ ਕਢਾਉਣਾ ਤੂੰ ਮੇਰਾ ਜਲੂਸ, ਜਿਹਦੇ ਮਰਜ਼ੀ ਵਿਆਹ 'ਚ ਲੈ ਜਾ, ਤੂੰ ਜਲੂਸ ਮੇਰਾ ਕਢਾਉਂਦਾ ਹੀ ਕਢਾਉਂਦਾ। ਇੱਥੋਂ ਚੜੇਲ ਦੇ ਚੜੇਲ ਪੱਲੇ ਪਈ। ਕੀ ਕਿਹਾ, ਕਿਹਨੂੰ ਕਿਹਾ ਚੜੇਲ? ਉਹ ਕਾਹਨੂੰ ਕਹਿਣਾ ਕਿਸੇ ਨੂੰ ਤਾਂ ਸੁਪਨੇ ਜਾਗਦੀ ਚੜੇਲ ਆ ਗਈ ਤੇਰੇ ਸੁਪਨੇ 'ਚ ਚੜੇਲ। ਚੱਲ ਮੈਂ ਕੰਮ ਜਾਣਾ, ਮਾੜਾ ਮੋਟਾ ਨਾ ਕੱਲ ਨੂੰ ਕੰਮ ਲੈ ਲਿਆ ਕਰ, ਜੇ ਕੋਈ ਭੈਣ ਭਾਈ ਤੈਨੂੰ ਇੱਜ਼ਤ ਮਾਨ ਨਾ ਬੁਲਾਉਂਦਾ ਤੇ ਇੱਜ਼ਤ ਮਾਨ ਨਾ ਜਾ ਕੇ ਮੁੜਿਆ ਵੇ ਅਗਲੇ ਦੇ। ਓਏ ਇੱਜ਼ਤ ਮਾਨ ਨਾਲ ਆਇਆ, ਮੈਂ ਕਿਹੜਾ ਲੜਕੇ ਆਇਆ ਅਗਲੇ ਦੇ? ਲੜਕੇ ਆਇਆ, ਲੜਨ ਵਾਲੀ ਕਸਰ ਵੀ ਕੋਈ ਨਹੀਂ, ਲੜਨ ਵਾਲੀ ਕਸਰ ਵੀ ਕੋਈ ਨਹੀਂ, ਘੰਟਾ ਹੋਰ ਬਹਿ ਜਾਂਦਾ ਨਾ ਤਾਂ ਅਗਲੇ ਤੈਨੂੰ ਲੱਤਾਂ ਤੋਂ ਚੱਕ ਕੇ ਛੱਡ ਕੇ ਜਾਂਦੇ। ਓਏ ਮੈਨੂੰ ਲੱਗਦਾ ਨਾਲੇ ਮੇਰੀ ਗੱਲ ਸੁਣ ਲੈ, ਤੁਰ ਸਵੈਟਰ ਆ ਲਾ ਕੇ ਆ, ਪਾਪ ਦਾ ਸਵੈਟਰ ਉਹ। ਓਏ ਅੱਖਰ ਕਾ ਸਹੀ ਆ, ਮੈਂ ਤੈਨੂੰ ਕਿਹਾ ਵਗ ਜਾ ਵਗ ਜਾ, ਇਹ ਬਰਾਤ ਜਾਣਾ ਮੁੜ ਕੇ ਉਦੋਂ ਵੀ ਪਾਉਣਾ ਅਗਲੇ ਦੇ। ਚੱਲ ਚੰਗਾ ਚੱਲ ਚੱਲ ਚੱਲ। ਓਏ ਚਾਹ ਨਹੀਂ ਪਾਣੀ ਨਹੀਂ, ਕਹਿੰਦੀ ਕੋਟੀ ਲਾ ਦੇ, ਠੰਡ 'ਚ ਮਰ ਜੂ। ਠੰਡ 'ਚ ਤਾਂ ਤੂੰ ਆਪ ਮਰਦਾ, ਤੈਨੂੰ ਮੈਂ ਥੋੜੀ ਕਿਹਾ? ਓ ਮੇਰਾ ਪੁੱਤ ਇਸ ਕੰਮ ਕਰਨ ਲੱਗ ਰਿਹਾ। ਆਹੋ ਇਸੇ ਨੂੰ ਮੈਂ ਕਿਹਾ ਸੀ ਤੇਰੇ ਪਿਓ ਨੂੰ ਬੁਲਾ ਲਿਆ, ਕਹਿੰਦਾ ਮੇਰੇ ਤੋਂ ਨਹੀਂ ਉਹਦੇ ਮਗਰ ਜਾਇਆ ਜਾਂਦਾ ਰੋਜ਼ ਰੋਜ਼, ਸੁਣ ਲੈ। ਓ ਫਿਰ ਇਹਨੂੰ ਕਹਿੰਦਾ ਵੀ ਜਦੋਂ ਠੰਡ 'ਚ ਤੋਰਨਾ ਮਰਨਾ, ਮੈਨੂੰ ਠੰਡ 'ਚ ਤੋਰਨਾ। ਚੱਲ ਤੂੰ ਪਹਿਲਾਂ ਸਵੈਟਰ ਬਦਲ, ਚੱਲ ਚੱਲ ਚੱਲ। ਉਹ ਬਦਲ ਕੀ ਆ ਸਵੈਟਰ ਭਾਰਾ? ਹਾਂ ਨਾ ਮਾਂ, ਹੁਣ ਕਿੱਥੋਂ ਆ ਗਿਆ ਡੈਡੀ, ਇੰਨੀ ਛੇਤੀ ਲੈ ਵੀ ਹੋਈ? ਬੇ ਕਾਹਨੂੰ ਲੈ ਆਈ, ਇੱਧਰ ਸੁੱਤਾ ਪਿਆ ਸੀਗਾ ਬਾਹਰਲੇ ਪਾਸੇ, ਮੈਂ ਤਾਂ ਇਹਨੂੰ ਕਿਹਾਗਾ ਵੀ ਤੂੰ ਮਾੜਾ ਜਿਹਾ ਇੱਥੋਂ ਬਾਹਰ ਖੜਕਾ ਦਿੰਦਾ ਸੀ, ਖੋਲ ਦਿੰਦੇ। ਚੱਲ ਫਿਰ ਬਾਰੀਆਂ ਗੱਲਾਂ ਨੂੰ ਛੱਡ, ਹੁਣ ਚਾਹ ਤਾਂ ਬਣਾ ਦੇ। ਆਹੋ ਆ ਦੇਖ ਲਾ ਮੁੰਡਾ ਮੇਰਾ ਕਿੰਨਾ ਉਹ ਕਰ ਰਿਹਾ। ਤੇਰਾ ਮੁੰਡਾ ਤਾਂ ਆਪੇ ਹੀ ਕਰ ਰਿਹਾ, ਮੇਰਾ ਕਾਹਨੂੰ ਕੁਛ ਲੱਗਦਾ। ਖੰਡ ਹੈ ਨਹੀਂ ਤੇਰੇ ਪਿਓ ਨੂੰ, 2 ਦਿਨ ਹੋ ਗਏ ਕਹਿੰਦੀ ਨੂੰ, ਆ 2 ਦਿਨ ਤਾਂ ਵਿਆਹ 'ਚ ਲੰਘ ਗਏ, ਹੈਂ ਉਹਨਾਂ ਦੇ ਜਾ ਕੇ ਚਾਹ ਪੀ ਲਈਦੀ ਆ, ਤੂੰ ਵੀ ਉੱਥੇ ਚਾਹ ਪੀ ਲਈ, ਤੇਰੇ ਪਿਓ ਨੇ ਵੀ ਉੱਥੇ ਚਾਹ ਪੀ ਲਈ, ਹੁਣ ਦੱਸ ਮੈਨੂੰ ਮੈਂ ਇਹਦੀਆਂ ਰੋਜ਼ ਰੋਜ਼ ਕਿੱਥੋਂ ਮਿੰਨਤਾਂ ਕੱਢਾਂ? ਚੱਲ ਚਾਹ ਤਾਂ ਕਰ ਲੈ, ਚਾਹ ਦਾ ਤਾਂ ਕੀ ਜਾਂਦਾ।
ਉਹੀ ਗੱਲ ਆਖੇ ਤੁਬੀ ਤਾਂ ਕਿ ਸਾਹ ਨਾ ਆਇਆ ਕੇ ਚਾਹ ਦਾ ਕੀ ਜਾਂਦਾ ਵੇ ਖੱਡ ਹੈ ਨਹੀਂ ਖੱਡ ਚੱਲ ਮੈਂ ਤਾਂ ਬਾਹਰ ਜਾ ਕੇ ਪੀ ਲੂੰਗਾ ਆਹੋ ਬਾਹਰ ਬੜਾ ਤੇਰੇ ਪਿਓ ਨੇ ਢਾਬਾ ਖੋਲਿਆ ਹੋਇਆ ਔਰ ਦੇਖ ਮਿੱਤਰਾ ਹਾਂ ਆ ਮੱਝਾਂ ਤੈਨੂੰ ਦਿਖਾਤੀਆਂ ਠੀਕ ਹੈ ਜਵਾਕ ਵਾਕ ਕੇ ਬਾਰੇ ਦੇਖ ਸਾਡੇ ਨੂੰ ਕੀ ਰਿਹਾ ਕਿਉਂ ਨਾ ਇਹ ਨੇ ਜੀ ਚਰਨਾ ਤੇ ਜਸਵੀਰ ਇਹ ਬਚਪਨ ਤੋਂ ਹੀ ਬਹੁਤ ਪਿਆਰੇ ਮਿੱਤਰ ਰਹੇ ਹਨ ਦਰਅਸਲ ਜਸਵੀਰ ਹੁਣ ਜਾ ਰਿਹਾ ਹੈ ਬਾਹਰਲੇ ਮੁਲਕ ਇਸ ਕਰਕੇ ਉਹ ਆਪਣੇ ਸਾਰੇ ਡੰਗਰ ਪਸ਼ੂ ਚਾਨੇ ਨੂੰ ਦੇ ਕੇ ਜਾ ਰਿਹਾ ਹੈ ਮਿੱਤਰਾ ਜਦ ਤੇਰੇ ਸਾਹਮਣੇ ਜਵਾਕ ਬਾਕੇ ਬਾਰੇ ਮੈਂ ਭਗ ਜਾਣਾ ਹੈ ਫਿਰ ਤਾਂ ਬਹੁਤ ਵਧੀਆ ਗੱਲ ਹੈ ਜੇ ਬੱਚੇ ਸੈੱਟ ਹੈ ਤੁਸੀਂ ਵੀ ਵਗ ਜਾਓਗੇ ਹੋਰ ਕੀ ਭਾਲਦੇ ਹੋ ਹਾਂਜੀ ਬਸ ਪਸ਼ੂ ਡੰਗਰ ਦਾ ਸੀਗਾ ਉਹ ਇਹਨੂੰ ਸਮਝਾਤਾ ਕਿ ਕਰ ਲੈਣਗੇ ਆਪ ਜੀ ਚੱਲ ਮੈਂ ਕਿਹਾ ਪਿਆਲੀ ਬਣਾ ਹੀ ਲੈਂਦੀ ਚਾਹ ਦੀ ਬਸ ਧੰਨਵਾਦ ਜੀ ਵੱਡਾ ਮੁੰਡਾ ਤਾਂ ਸੈੱਟ ਹੋਣਾ ਉਹਨੂੰ ਤੇ ਹਾਂ ਵੱਡਾ ਸੈੱਟ ਹੈ ਚੱਲ ਛੋਟਾ ਵੀ ਰੱਬ ਸੁਣਾਉਂਦਾ ਛੋਟਾ ਹੋ ਜਾਊਗਾ ਵੱਡੀ ਸ਼ਾਦੀ ਹੋ ਗਈ ਹਾਂ ਛੋਟੇ ਦਾ ਕੰਮ ਚੱਲਣਾ ਚੰਗਾ ਚੰਗਾ ਚਲੋ ਚਲੋ ਚੰਗਾ ਚੰਗੀ ਆ ਭਾਈ ਮਾਲਕ ਨੇ ਸੁਣ ਰੱਖਿਆ ਜੀ ਹਾਂਜੀ ਹਾਂ ਹਾਂ ਚਲੋ ਮਾਲਕ ਸਾਹਿਬ ਮਾਰ ਲਓ ਜੀ ਕਿਹੜਾ ਆਏ ਹੋਏ ਠੰਡੇ ਨਾ ਕੀ ਮੱਝ ਮੱਝ ਲਾਈ ਸੀਗੀ ਮੈਂ ਤਾਂ ਅਗਲੀਆਂ ਵੇਚਣ ਨੂੰ ਫਿਰਦੀਆਂ ਤੂੰ ਹੋਰ ਖੋਲਾ ਬੰਨਣ ਨੂੰ ਫਿਰਦਾ ਉਹ 80,000 ਦੀ ਮੈਂ 50,000 ਦੀ ਸਿੱਟਣ ਨੂੰ ਫਿਰਦਾ ਆਪਾਂ ਰੱਖ ਲਾਂਗੇ ਦੱਸ ਕੀ ਮਾੜੀ ਹੈ ਨਾ ਉਹ ਕਾਤੋਂ ਸਿੱਟਣ ਨੂੰ ਫਿਰਦਾ ਉਹਦੇ ਜੰਮਣ ਵਾਲੇ ਉੱਤ ਗਏ ਕੋਈ ਗੱਲ ਹੈ ਵਿੱਚੋਂ ਤਾਂ 50,000 ਦੀ ਦਿੰਦਾ ਕੋਈ ਗੱਲ ਨਹੀਂ ਉਹਨੇ ਬਾਹਰ ਜਾਣਾ ਉਰੇ ਕਰੂਗਾ ਕੀ ਉਹਦਾ ਉਹ 4 ਦਿਨਾਂ ਦਾ ਗੋਹਾ ਪੱਥਣ ਵਾਲਾ ਪਿਆ ਉਹ ਕੌਣ ਪੱਥੂਗਾ ਅੱਛਾ ਹੁਣ ਮੈਂ ਪੱਥਿਆ ਕਰੂੰਗਾ ਗੋਹਾ ਮੇਰੀ ਗੱਲ ਸੁਣ ਲੈ ਤੇਰੇ ਕੋਲੇ ਤਾਂ ਕਦੇ ਕੋਈ ਆ ਗਿਆ ਕਦੇ ਕੋਈ ਹੋ ਗਿਆ ਸਾਰਾ ਦਿਨ ਥੱਕ ਜਾਂਦੇ ਭਾਂਡੇ ਮਾਂਜਦੀ ਗਿੱਟੇ ਗੋਡੇ ਮੇਰੇ ਨਹੀਂ ਕੰਮ ਕਰਦੇ ਨਹੀਂ ਜੱਟ ਜਿਮੀਂਦਾਰਾਂ ਦਾ ਨਹੀਂ ਸਰਦਾ ਹੈਗਾ ਦੁੱਧ ਬਣਾ ਨਹੀਂ ਸਰਦਾ ਨਾ ਗੋਹਾ ਤੂੰ ਪੱਥਦੀ ਚੱਕ ਕੇ ਕੋਈ ਆਖੇ ਨਹੀਂ ਲੱਗਦੀ ਅੱਜ ਕੱਲ ਕਦੇ ਅਸੀਂ ਕਿਉਂ ਥੱਲੇ ਬੇੜ ਗਏ ਐਂ ਬੋਲਦੀਆਂ ਨਾ ਡੰਗਰਾਂ ਨਾਲ ਇੱਜ਼ਤ ਹੈ ਜੱਟ ਦੀ ਮੈਂ ਮੈਥੋਂ ਤਾਂ ਹੁੰਦਾ ਨਹੀਂ ਤੇਰੇ ਮੂਰੇ ਬੰਨੇ ਹੱਥ ਮੈਂ ਤਾਂ ਪਹਿਲਾਂ ਵਾਲੀਆਂ ਖੋਲੀਆਂ ਮਗਰ ਲਾਉਣ ਨੂੰ ਫਿਰਦੀ ਆ ਕਿਸੇ ਦੇ ਹੁਣ ਮੈਂ ਕਾਖੰਡਾ ਪਾਇਆ ਕਰਾਂਗਾ ਗੋਹਾ ਡੇਗਿਆ ਕਰਾਂ ਤੇ ਤਾਂ ਮੇਰੇ ਕੋਲ ਤਾਂ ਜਿਹੜਾ ਆਪਣਾ ਸੀਰੀ ਸੀ ਨਾ ਪਹਿਲਾਂ ਵਾਲਾ ਉਹਦੇ ਘਰ ਵਾਲੇ ਦੀ ਦਿਹਾੜੇ ਤੇ ਦੇ ਦੇ ਕਹਿੰਦੀ ਸਾਨੂੰ ਮੱਝਾਂ ਆਏ ਨਹੀਂ ਉਹ ਚੱਲਦਾ ਜਿਵੇਂ ਤੂੰ ਚਲਾਉਣੀ ਹੈ ਮੈਂ ਤਾਂ ਉਹਨਾਂ ਨੂੰ ਖੜਾਉਂਗੀ ਸਾਰੀਆਂ ਮੈਂ ਨਹੀਂ ਰੱਖਦੀ ਇੱਕ ਵੀ ਹੁਣ ਲੈ ਮੇਰੀ ਗੱਲ ਛੋਟੇ ਵਰਗੀ ਮੈਂ ਸਾ ਮਸਾ ਲਿਆਉਂਗਾ ਮੈਂ ਢਿੱਡ ਬੰਨ ਕੇ ਘਰੇ ਨਾ ਵਾੜਦੀ ਮੇਰੀ ਗੱਲ ਸੁਣ ਲੈ ਕਿਤੇ ਮਰਜ਼ੀ ਉਹ ਦਬਾਉਂਦਾ ਨਾ ਮੱਝ ਉਸੇ ਦੇ ਘਰੇ ਬੰਨਿਆ ਹੀ ਆ ਜਾਂਦਾ ਮੂੰਹ ਚੱਕ ਕੇ ਉਹ ਵੀ ਹਾਂ ਸਰੀ ਪਿਆ ਥੋੜਾ ਤਾਂ ਬਸ ਸਰ ਗਿਆ ਮੇਰਾ ਤਾਂ ਮੈਂ ਤੈਨੂੰ ਦੱਸਤੀ ਗੱਲ ਵੀ ਮੈਥੋਂ ਨੀ ਭਾਈ ਕੰਮ ਹੁੰਦਾ ਮੈਂ ਤਾਂ ਸਾਰਾ ਦਿਨ ਤਾਂ ਥੱਕੀ ਰਹਿੰਦੀ ਹਾਂ ਕਦੇ ਇੱਧਰ ਨੂੰ ਵੜ ਕਦੇ ਇੱਧਰ ਨੂੰ ਵੜ ਕਦੇ ਕੱਪੜੇ ਤੋਂ ਤਨਖਾਹ ਹੁੰਦੀ ਹੈ ਕਦੇ ਡੰਗਰ ਵੀ ਨਹੀਂ ਸਾਂਭ ਸਕਦੇ ਬਥੇਰੇ ਸਾਂਭਲੇ ਸੀ ਹੁਣ ਨਹੀਂ ਸਾਂਭਦੇ ਕਰਾਂ ਕੀ ਆਹੋ ਸਭ ਦੇ ਕਰਦੇ ਨੇ ਸਭ ਦੇ ਕਰਾਂ ਮੇਰੀ ਦੁਖਦੀ ਹੈ ਗੋਡੇ ਮੇਰੇ ਦੁਖਦੇ ਨੇਗੇ ਮਾਇਨਾ ਲੈ ਲੈ ਥੱਕ ਗਈ ਮੈਂ ਕੀ ਕਰਾਂ ਮੈਂ ਤਾਂ ਜਿੱਦਣ ਦੀ ਆਈਆਂ ਆਹੀ ਕੋਈ ਦੇਖਦਾ ਮੈਂ ਤਾਂ ਕਦੇ ਦੇਖੀ ਨਹੀਂ ਤੁਹਾਨੂੰ ਅੱਛਾ ਇਹ ਇਲਜ਼ਾਮ ਲਾਉਣਾ ਮੇਰੇ ਤੇ ਇਹੀ ਕੁਛ ਦੇਖਦਾ ਨਾਲੇ ਤਾਂ ਮੈਂ ਕਰੀ ਜਾਂਦੀ ਹਾਂ ਨਾਲੇ ਮੈਨੂੰ ਦੁਰ ਫਿੱਟੇ ਮੂੰਹ ਚੱਲ ਚੰਗਾ ਮੱਝ ਨਾ ਲੈ ਕੇ ਆਈ ਮੈਂ ਤੈਨੂੰ ਦੱਸਦੀ ਇੱਕ ਗੱਲ ਮੈਂ ਨਹੀਂ ਮੰਨਣ ਦੇਣੀ ਮੱਛੇ ਤਗੜਾ ਮਾਰ ਕੇ ਆਣਾ
ਮਾਰਿਆ ਖੇਤ ਕਾਹਨੂੰ ਜਾਂਦਾ ਗਾ ਆ ਤੇਰੇ ਗਿੱਟੇ ਗੋਡੇ ਚੱਲਣ ਲੱਗ ਜਾਣਗੇ ਡਾਕਟਰ ਨੇ ਕਿਹਾ ਸੀ ਵੀ ਤੂੰ ਸਾਈਕਲ ਚਲਾਇਆ ਕਰ ਤੂੰ ਉਹ ਵੀ ਨਹੀਂ ਚਲਾਇਆ ਹੈਂ ਕਦੇ ਇੱਧਰੋਂ ਤੁਰ ਪੈਂਦਾ ਉੱਥੇ ਬਹਿ ਜਾਂਦਾ ਉੱਥੇ ਬਹਿ ਜਾਂਦਾ ਅੱਡਾ ਤੇਰਾ ਢਿੱਡ ਵਧਿਆ ਪਿਆ ਜਦੋਂ ਤੈਨੂੰ ਡਾਕਟਰ ਨੇ ਮਨਾ ਕੀਤਾ ਉਹ ਕੰਮ ਕਰ ਮੈਂ ਕਦੇ ਕਿਹਾ ਵੀ ਮੇਰੇ ਗਿੱਟੇ ਗੋਡੇ ਦੇਖੋ ਤੈਨੂੰ ਸਾਰੀ ਖੇਤੀ ਕਰਦਾ ਸਾਰਾ ਕੁਛ ਕਰਦਾ ਮੈਂ ਤਾਂ ਕਦੇ ਕਿਹਾ ਨੀ ਤੇਰੀ ਪਤਾ ਨੀ ਕੱਲੀ ਦੇ ਕਥੋਂ ਦੁਖੀ ਜਾਂਦੇ ਨੇ ਉਹ ਇਹਨਾਂ ਲੋਕਾਂ ਨੂੰ ਸੁਣਾ ਹਾਂ ਹਜੇ ਕਹਿੰਦਾ ਲੋਕਾਂ ਨੂੰ ਨਾ ਸੁਣਾ ਲੋਕਾਂ ਨੂੰ ਸੁਣਾਉਂਗੀ ਬਸ਼ਰਮੀ ਦਾ ਮਾਰਾ ਕੁਛ ਕਰੇਗਾ ਤਾਂ ਹੈਗਾ ਅਸੀਂ ਵੀ ਸਮਝ ਰੱਖਿਆ ਮੈਨੂੰ ਤਾਂ ਟੁੱਕ ਤੇ ਡੇਲੇ ਹੀ ਸਮਝਦਾ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਭਾਈ ਹੋਰ ਅੰਮਾ ਜੀ ਠੀਕ ਹੈ ਹਾਂ ਬਗ ਜਾ ਬੈਠੀ ਆ ਤੰਦੂਰ ਮੰਗ ਤੋਂ ਵੀ ਅੱਛਾ ਕਰ ਰਹੀ ਹੈ ਹਾਂ ਭਾਈ ਇਹੀ ਤਾਂ ਦੁੱਖ ਹੈ ਵੀ ਹਜੇ ਤੱਕ ਕਰੀ ਹੈ ਰੱਬ ਨੇ ਮੇਰੀ ਸੁਣੀ ਨਹੀਂ ਹਜੇ ਤੱਕ ਹਾਂ ਲਾਏ ਬਾਬਾ ਜੀ ਹਾਂ ਕੀ ਗੱਲ ਕਰਦੇ ਹੋ ਤੁਸੀਂ ਰੱਬ ਦਾ ਸ਼ੁਕਰ ਮਨਾਓ ਵੀ ਤੁਹਾਨੂੰ ਇੰਨੀ ਵਧਗਾ ਘਰ ਵਾਲੀ ਮਿਲ ਗਈ ਆ ਲੋਕ ਜੇ ਦੀਵਾ ਲੈ ਕੇ ਵੀ ਲੱਭਣ ਨਾ ਤਾਂ ਵੀ ਕਿਸੇ ਨੂੰ ਇਹੋ ਜੀ ਨਹੀਂ ਮਿਲਦੀ ਮਿਲੇ ਬਿਨਾ ਭਾਈ ਮੈਂ ਤਾਂ ਕਹਣਾ ਇਹੀ ਜੀ ਕਿਸੇ ਨੂੰ ਜੇ ਇਹੀ ਜੀ ਕਿਸੇ ਨੂੰ ਹੋਰ ਮਿਲੀ ਹੁੰਦੀ ਹੁਣ ਉਹ 10 ਵਾਰ ਭਜਾਈ ਹੁੰਦੀ ਮੈਂ ਫੇਰ ਵੀ ਰੱਖੀ ਬੈਠਾ ਚੱਲ ਕੋਈ ਨਹੀਂ ਬਾਗ ਜੋ ਕਮਾਲ ਹੋਈ ਪਈ ਆ ਆ ਬਾਬਾ ਜੀ ਅੱਧੀ ਉਮਰ ਕੱਢ ਕੇ ਹਜੇ ਵੀ ਲੜੀ ਜਾਂਦੇ ਨੇ ਮੈਨੂੰ ਤਾਂ ਐਂ ਲੱਗਦਾ ਕਿਤੇ ਕਿਤੇ ਅੱਜ ਕੱਲ ਲੋਕ ਕਹਿੰਦੇ ਨੇ ਵੀ ਮੁੰਡੇ ਘੱਟ ਵਿਗੜੇ ਨੇ ਸਿਆਣੇ ਵੱਧ ਵਿਗੜੇ ਨੇ ਪੱਕਾ ਬਾਬਾ ਜੀ ਦੀ ਕਿਤੇ ਨਾ ਕਿਤੇ ਕੁੰਡੀ ਅੜਦੀ ਤਾਂ ਹੀ ਬੇਬੇ ਨਹੀਂ ਚੰਗੀ ਲੱਗਦੀ ਤਾਂ ਹੀ ਨਹੀਂ ਚੰਗੀ ਲੱਗਦੀ ਚੱਲ ਕੋਈ ਨੀ ਅੰਦਰ ਜਾ ਕੇ ਲੈਣੀ ਆ ਖਬਰ ਸਰ ਨਾਲੇ ਵੈਸੇ ਵੀ ਪਿੰਡ ਦੀ ਇਹੋ ਜਿਹੀ ਕੋਈ ਗੱਲ ਨੀ ਹੋਈ ਜਿਹੜੀ ਮੇਰੇ ਤੋਂ ਗੁੱਜੀ ਰਹਿ ਜੇ ਕਦੇ ਨਾ ਕਦੇ ਤਾਂ ਵੋਤੀ ਵੋਟ ਕੋੜ ਕੇ ਵੋਟ ਥੱਲੇ ਆਊਗੀ ਕੋਈ ਨੀ ਬਾਬਾ ਜੀ ਕਦੇ ਤਾਂ ਗੱਲ ਮੈਂ ਕੱਢ ਕੇ ਛੱਡੂ ਚੱਲ ਬੇਬੇ ਕੋਲ ਚੱਲਾਂ ਦੇਖ ਲੈ ਅੰਮਾ ਜੀ ਬੋਲਣੋਂ ਤਾਂ ਆਪ ਨੀ ਹਟਦੀ ਗੀ ਤੇ ਲੋਕਾਂ ਮੂਹਰੇ ਫੁਕਰੀਆਂ ਮਾਰਦੀ ਆ ਅਖੇ ਲੋਕਾਂ ਦੇ ਘਰਾਂ 'ਚ ਤਾਂ ਤੀਵੀਆਂ ਦੀ ਚੱਲਦੀ ਹੈ ਲੋਕਾਂ ਦੇ ਘਰਾਂ 'ਚ ਤਾਂ ਤੀਵੀਆਂ ਦੀ ਚੱਲਦੀ ਹੈ ਵੀ ਭਲਾ ਤੂੰ ਕਿਹੜਾ ਬਾਬਾ ਜੀ ਨੂੰ ਬੋਲਣ ਦਿੱਤਾ ਹੈ ਬਾਬਾ ਜੀ ਵਿਚਾਰੇ ਕਿੱਡੇ ਨਰਮ ਹੈ ਦੇਖ ਲੈ ਚੁੱਪ ਕਰਕੇ ਘਰੋਂ ਨਿਕਲ ਗਏ ਤੀਵੀਂ ਮੂਹਰੇ ਕੀ ਵੱਟਿਆ ਜਾਂਦਾ ਹੈ ਹਜੇ ਕਹਿੰਦੀ ਮੈਨੂੰ ਟੁੱਕ ਤੇ ਡੇਲਾ ਸਮਝਦਾ ਵੀ ਭਲਾ ਐਡਾ ਸੋਹਣਾ ਸੁਨੱਖਾ ਤੇਰਾ ਘਰ ਹੈ ਵੀ ਗੱਲ ਕਰਨ ਲੱਗੀ ਤਾਂ ਹੌਲੀ ਬੋਲ ਪੈ ਲੋਕ ਕੀ ਸੋਚਣਗੇ ਤੇਰੇ ਬਾਰੇ ਹੈ ਸਾਰਾ ਪਿੰਡ ਅੰਮਾ ਜੀ ਕਹਿ ਕੇ ਬੁਲਾਉਂਦਾ ਬੋਲੋ ਆਪਾਂ ਕੀ ਲੈਣਾ ਹੈ ਝਗੜਾ ਹੋਇਆ ਲੱਗਦਾ ਮੈਨੂੰ ਤਾਂ ਭਾਈ ਝਗੜਾ ਕੀ ਤੇਰਾ ਬਾਬਾ ਕਹਿੰਦਾ ਇੱਕ ਖੋਲਾ ਹੋਰ ਲਿਆਉਣ ਨੂੰ ਫਿਰਦਾ ਚਾਰ ਪਹਿਲਾਂ ਖੜੀਆਂ ਨੇ ਗਈਆਂ ਆਹ ਤਾਂ ਖੜੀਆਂ ਜੀਗਾ ਓਹੋ ਲੈ ਫੇਰ ਕੀ ਹੋ ਗਿਆ ਸਮਾਧੀ ਹੋਰ ਦੁੱਧ ਹੋ ਜੂਗਾ ਡੈਰੀ ਚ ਪਾ ਦਿਆ ਕਰੋ ਦੁੱਧ ਤਾਂ ਜਾਏ ਖਣ ਦਾ ਅੱਜ ਕੱਲ ਉਈ ਨਹੀਂ ਮਿਲਦਾ ਚੱਜ ਦਾ ਨਹੀਂ ਹਾਏ ਮੈਂ ਮਰ ਜਾ ਉਹਨਾਂ ਦਾ ਗੋਹਾ ਕੌਣ ਚੱਕੇ ਚਾਰ ਦਿਨਾਂ ਦਾ ਪਿਆ ਦੁੱਧ ਵਾਲੀ ਤਾਂ ਕੋਈ ਨਾ ਕੋਈ ਆ ਜੂ ਇਧਰੋਂ ਮੰਗਣ ਆ ਦੇ ਦੇ ਅੰਮਾ ਜੀ ਡੋਲੂ ਆ ਦੇ ਦੇ ਅੰਮਾ ਜੀ ਗੜਬੀ ਹੈ ਤੇ ਗੋਹਾ ਕੋਈ ਚੱਕਣ ਨਹੀਂ ਆਉਂਦੀ ਲੈ ਦੱਸ ਅੰਮਾ ਜੀ ਮੇਰੀ ਗੱਲ ਸੁਣ ਸੁੱਖ ਨਾ ਰੱਬ ਦਾ ਦਿੱਤਾ ਸਭ ਕੁਛ ਹੈ ਕੋਈ ਚੱਜ ਸੁਰ ਨਾ ਤੂੰ ਪੈਸੇ ਲਾ ਤੇ ਤੇਰੇ ਕੋਈ ਗੋਹਾ ਸਿੱਟਣ ਵਾਲੀ ਟੀਕੇ ਊ ਭਾਈ ਆਏ ਆ ਫਿਰ ਦੇਖ ਬੰਦਾ ਕਹਿ ਦਿੰਦਾ ਵੀ ਰੱਬ ਨੇ ਸਾਰਾ ਕੁਛ ਦਿੱਤਾ ਪਰ ਆਪਦੇ ਲੀੜੇ ਲੱਤਿਆਂ ਤੇ ਅਗਲਾ ਪੈਸੇ ਲਾ ਦਿੰਦਾ ਆਪਦੀ ਟੌਰ ਤੇ ਬਥੇਰੇ ਪੈਸੇ ਲਾ ਦਿੰਦਾ ਆ ਜਦੋਂ ਮਾੜੇ ਜੇ ਕਿਤੇ ਗੋਹੇ ਕੂੜੇ ਵਾਲੀ ਨੂੰ ਦੇਣੇ ਪੈ ਜਾਣ ਚਾਰ ਪੈਸੇ ਵੱਧ ਉਦੋਂ ਕਹਿ ਦਿੰਦਾ ਫਲਾਣਾ ਹੀ ਤਾਂ ਇੰਨੇ ਘੱਟ ਪੈਸੇ ਲੈਂਦੀ ਹੈ ਫਲਾਣਾ ਹੀ ਤਾਂ ਇੰਨੇ ਘੱਟ ਪੈਸੇ ਲੈਂਦੀ ਹੈ ਉਦੋਂ ਪਤਾ ਨੀ ਕਿਉਂ ਮੁੱਠੀ ਘੁੱਟ ਲੈਂਦੇ ਨੇ ਲੋਕ ਕੂੜੇ ਬੱਬੂ ਤੂੰ ਕਮਲੀ ਹੋਈਆਂ ਜਿਹੜਾ ਵਿਗਿਆਨੀਆਂ ਨੂੰ ਪੈਸੇ ਦੇਵਾਂਗੇ ਉਹੀ ਘਰੇ ਕੰਮ ਆਉਣਗੇ ਓਹੋ ਤੇ ਫਿਰ ਜਿਹੜੀ ਗੋਹਾ ਸਿੱਟੂਗੀ ਜੇ ਚਾਰ ਪੈਸੇ ਵੱਧ ਲੈ ਲੂਗੀ ਸੁੱਕ ਨੂੰ ਤੂੰ ਆਪ ਹੀ ਦੇਖ ਲੈ ਵੀ ਧੁੰਦ ਕਿੰਨੀ ਪਈ ਜਾਂਦੀ ਆ ਠੰਡ ਚ ਕਿਸੇ ਦੇ ਤੜਕੇ ਉੱਠ ਕੇ ਗੋਹੇ ਸਿੱਟਣੇ ਸੌਖੇ ਪਏ ਨੇ
ਕੁੜੇ ਪੁੱਤ ਹੁਣ ਮੇਰੇ ਗੋਡੇ ਗਿੱਟੇ ਕੰਮ ਨੀ ਕਰਦੇ, ਮੇਰੀ ਢੂਹੀ ਦੁਖਦੀ ਆ, ਮੈਂ ਡਿੱਗ ਪਈ ਸੀ ਨਾ। ਆਹੋ ਐਕਸੀਡੈਂਟ ਹੋ ਗਿਆ ਜੀ ਤੇਰਾ। ਭੈਣੇ ਮੇਰੇ ਤਾਂ 6 ਮਹੀਨੇ ਮੈਂ ਮੰਜੇ ਚ ਪਈ ਰਹੀ ਆ, ਕੀ ਤੂੰ ਕਿਹੜਾ ਮੇਰਾ ਪਤਾ ਲੈਣ ਆਈ ਵੀ ਅੰਮਾ ਜੀ ਚੱਲ ਤੇਰੇ ਨਾਲ ਆ ਕਰਾ ਦਿੰਦੀ ਆ ਕਰਾ ਦਿੰਦੀ ਆ। ਪਤਾ ਲੈਣ ਮੈਂ ਕਿੱਥੋਂ ਆਵਾਂ, ਤੈਨੂੰ ਪਤਾ ਤਾਂ ਹੈਗਾ ਆ ਸਾਡਿਆਂ ਨੇ ਦੇਖ ਲੈ ਆਪ ਤਾਂ ਏਡੀਆਂ ਏਡੀਆਂ ਕੋਠੀਆਂ ਸਾਂਭ ਲੀਆਂ ਤੇ ਸਾਨੂੰ ਉਹ ਭੋਰਾ ਦੇਖ ਲਾ ਘੋਰਨਾ ਦੇਤਾ। ਅਖੇ ਭਾਈ ਤੁਸੀਂ ਇਹ ਰੱਖ ਲਓ, ਹੁਣ ਮੇਰੇ ਆਲੇ ਕੋਲੇ ਪੈਸੇ ਨੇ 4 ਹੱਥ ਚ ਤੇ ਮੈਨੂੰ ਤਾਂ ਉਹੀ ਨੀ ਸਿੱਧਾ ਬੋਲਦਾ। ਬਾਬੇ ਨੂੰ ਐ ਆਖਿਆ ਵੀ ਮੱਝ ਦੀ ਲੋੜ ਨੀ, ਆਪਾਂ ਤਾਂ ਇਹ ਵੀ ਵੇਚਣ ਨੂੰ ਫਿਰਦੇ ਆ, ਦੁੱਧ ਮੁੱਲ ਲਿਆਵਾਂਗੇ, ਜਿਹੜੇ ਗੋਹੇ ਕੁੜੀ ਵਾਲੇ ਨੂੰ ਪੈਸੇ ਦੇਵਾਂਗੇ ਉਹਨਾਂ ਮੁੱਲ ਦੁੱਧ ਪੀ ਲਿਆ ਕੇ ਪੀ ਲਾਂਗੇ ਨਾਲੇ ਵਧੀਆ ਦੁੱਧ ਹੁੰਦੇ। ਅੰਮਾ ਜੀ ਦੇਖ ਸਿਆਣੇ ਸਿਆਣੀ ਗੱਲ ਕਰਦੇ ਹੁੰਦੇ ਆ, ਅਸੀਂ ਤਾਂ ਤੁਹਾਡੇ ਲਈ ਨਿਆਣੇ ਆ। ਦੇਖ ਤੂੰ ਐ ਕਰ ਸਾਰੀਆਂ ਮੱਝਾਂ ਨਾ ਵੇਚ, ਇੱਕ ਰੱਖ ਲੈ ਘਰ ਦੇ ਦੁੱਧ ਜੋਗੀ, ਬਾਕੀ ਭਾਈ ਵੇਚ ਦੇ ਜੇ ਨਹੀਂ ਸਭ ਦੀਆਂ। ਦੇਖ ਬੱਬੂ ਮੇਰੀ ਗੱਲ ਸੁਣ, ਕੁੜੇ ਪੁੱਤ ਮੈਂ ਤਾਂ ਐ ਕਹਿੰਦੀ ਸੀਗੀ, ਮੈਂ ਕਦੇ ਤੈਨੂੰ ਬੱਬੂ ਕਹਿ ਦਿੰਦੀ, ਤੇਰਾ ਪੇਕ ਵਾਲਾ ਨਾ ਹੀ ਲੈ ਜਾਂਦੀ ਆ, ਪਾਲੋ ਕਹਿਣਾ ਭੁੱਲ ਜਾਂਦੀ ਆ। ਓਹ ਚੱਲ ਕੋਈ ਗੱਲ ਨੀ, ਫੇਰ ਕੀ ਹੋ ਗਿਆ ਹੁਣ, ਤੇਰਾ ਤਾਂ ਮੇਰੀ ਬੀਬੀ ਨਾਲ ਦੇਖ ਲੈ ਕਿੰਨੇ ਚਿਰ ਦਾ ਪੁਰਾਣਾ ਵਾਸਤਾ ਗਾ। ਤਾਂ ਹੀ ਉਹ ਨਾ ਮੇਰੇ ਚੇਤੇ ਰਿਹਾ। ਚੱਲ ਕੋਈ ਸਹੁਰੇ ਵਾਲਾ ਪਾਲੋ ਕਹਿਣਾ ਭੁੱਲ ਜਾਂਦੀ ਆ। ਚੱਲ ਕੋਈ ਨੀ ਕੋਈ ਨੀ, ਮੈਂ ਤਾਂ ਨਾ ਤੇਰੀ ਗੱਲ ਕੱਟਦੀ ਆ, ਟਾਈਮ ਲੱਗ ਜੂਗਾ ਬਾਹਲਾ। ਆ ਪਹਿਲਾਂ ਤਾਂ ਵੀਰੇ ਕੇ ਵਿਆਹ ਚ ਲੰਘੇ 2-3 ਦਿਨ, ਆ ਤੈਨੂੰ ਪਤਾ ਹੀ ਹੈ ਵਿਆਹ ਹੋ ਗਿਆ, ਹਜੇ ਭਾਂਡੇ ਟੀਂਡਿਆਂ ਵਾਲਾ ਵਿੱਚ ਹੀ ਤੁਰਿਆ ਫਿਰਦਾ। ਆਖੋ ਚਲ ਉਹਨਾਂ ਦੇ ਕੀ ਜਾਊਂਗੀ ਵਾਰੀ ਵਾਰੀ। ਆ ਮੈਨੂੰ ਇੱਕ ਖੰਡ ਦੀ ਕੌਡੀ ਦੇ ਦੇ ਮਾੜੀ ਜੀ, ਖੰਡ ਮੁੱਕੀ ਪਈ ਆ, ਜਦੋਂ ਲਿਆਂਦੀ ਉਹਦੀ ਮੋੜ ਜੂ। ਮੇਰੀ ਗੱਲ ਸੁਣ ਕੁੜ ਪਾਲੋ, 5 ਕੌਡੀਆਂ ਤਾਂ ਪਹਿਲਾਂ ਲੈਣੀਆਂ ਸੋਤੋਂ, ਹੈ ਪਰ ਤੂੰ ਖੰਡ ਹੀ ਨੀ ਲਿਆਉਂਦੀ, ਮੁੱਕੀ ਰਹਿੰਦੀਆਂ ਤੇਰੇ ਕੰਨ। ਓਹੋ ਕਾਹਨੂੰ ਕਹੀ ਤਾਂ ਜਾਨੀ ਐ ਵੀ ਆ ਸਾਡੇ ਆਲੇ ਕੋਲ ਹੁਣ 4 ਪੈਸੇ ਕੀ ਆ ਗਏ, ਦੇਖ ਲੈ ਖੰਡ ਲਿਆ ਕੇ ਰਾਜੀ ਨੀ, ਚਾਹ ਪੱਤੀ ਲਿਆ ਕੇ ਰਾਜੀ ਨੀ, ਉਹ ਤਾਂ ਮੈਂ ਮਾੜੀ ਮੋਟੀ ਐ ਖੱਲਾਂ ਖੂੰਜਿਆਂ ਚ ਰੱਖਦੀ ਆ, ਕਦੇ ਅੜੇ ਤੁੜੇ ਕੰਮ ਆ ਜਾਂਦੀ ਆ, ਹੁਣ ਐਡਾ ਕਜੂਸ ਬਣਿਆ ਪਿਆ ਉਹਨੂੰ ਤਾਂ ਐ ਲੱਗਦਾ ਵੀ ਮੈਂ ਪੱਲਿਓ ਪੈਸਾ ਹੀ ਨਾ ਲਾਵਾਂ ਕੋਈ। ਫਿਰ ਖੰਡ ਤਾਂ ਲੈ ਆਉਂਦੇ, ਚਾਹ ਬਣਾਉਂਗੇ, ਹੋਰ ਕੋਈ ਆਇਆ ਗਿਆ ਆ ਜਾਂਦਾ। ਕਾਹਨੂੰ ਆ ਮਾੜਾ ਜਿਹਾ ਧੁੰਦ ਚੱਕਣ ਦੇ, ਦੁਕਾਨਾਂ ਖੁੱਲਣ ਦੇ, ਮੈਂ ਲੈ ਕੇ ਆਉਂਗੀ, ਹੁਣ ਮੈਂ ਕਿਹਾ ਚੱਲ ਨਿਆਣਾ ਵੀ ਕਹੀ ਜਾਂਦਾ ਮੰਮੀ ਚਾਹ ਬਣਾ ਦੇ। ਗੱਲ ਸੁਣ, ਜਦੋਂ ਤੁਹਾਡੇ ਕੋਲ ਘਰੇ ਆ ਗਿਆ ਤੇ ਉਹਦੇ ਹੁੰਦੇ ਤਾਂ ਲਿਆਉਂਗੇ ਲੋਕਾਂ ਦੇ ਖੰਡ। ਕਾਹਨੂੰ ਆਏ ਕਰੀ ਜਾਂਦੀ ਆ, ਹੁਣ ਮੋੜ ਜੂਗੀ ਤੇਰੀ ਮੈਂ ਖੰਡ, ਫੇਰ ਉਹੀ ਗੱਲ ਅੰਮਾ ਜੀ ਅੱਗੇ ਕੀ ਚੀਜ਼ ਨੀ ਮੋੜ ਕੇ ਗਈ ਕਦੇ। ਤੂੰ ਤਾਂ ਉਹ ਗੱਲ ਕਰਤੀ, ਜੇ ਕਹਿੰਦੇ ਕਾੜਨੀ ਦਾ ਮੂੰਹ ਖੁੱਲਾ ਹੁੰਦਾ ਬਿੱਲੀ ਨੂੰ ਤਾਂ ਸ਼ਰਮ ਚਾਹੀਦੀ ਆ। ਜੇ ਐਡੀ ਗੱਲ ਹੈ ਕੋਈ ਨੀ, ਫਿਰ ਮੈਂ ਮਰਜੀ ਮਾਰ ਕੇ ਗੇੜਾ ਲੈ ਆਉਂਦੀ ਆ ਕਿਤੇ ਦੁਕਾਨ ਧੱਪੇ ਤੋਂ। ਆਏ ਕਿਹੜਾ ਸੀ ਪਿੰਡ ਛੱਡੀ ਫਿਰਦੇ ਆ, ਹੈ ਵੀ ਕੋਈ ਜੁੱਲੀ ਚੱਕ ਥੋੜੀ ਆ, ਵੀ ਇੱਥੋਂ ਚੱਕਿਆ ਉੱਥੇ ਤੇ ਇੱਥੋਂ ਚੱਕਿਆ ਉੱਥੇ, ਖੰਡ ਵਾਲੀ ਕਿਹੜੀ ਗੱਲ ਆ। ਆ ਮੈਂ ਹੁਣੇ ਮਰ ਜਾ ਕੇ ਲੈ ਆਉਂਦੀ ਕਿਸੇ ਦੀ ਦੁਕਾਨ ਤੋਂ। ਚੱਲ ਕੋਈ ਨਹੀਂ, ਹੁਣ ਤਾਂ ਦੇ ਦਿੰਨੀ ਆ ਤੈਨੂੰ ਤੇ ਫਿਰ ਸਾਰੀ ਖੰਡ ਦੇ ਜੀ। ਕੋਈ ਨੀ, ਮੈਂ ਨੀ ਤੇਰਾ ਬਾਬਾ ਲੜਦਾ ਕਹਿੰਦਾ, ਪਰ ਕੌਲੀਆਂ ਲੋਕਾਂ ਨੂੰ ਦੇਈ ਜਾਂਦੀਆਂ, ਮੈਂ ਕੀ ਕਰਾਂ। ਓਹੋ ਬਾਬਾ ਤਾਂ ਬਥੇਰਾ ਚੰਗਾ ਬੇਬੇ, ਆ ਮੈਂ ਹੁਣ ਦੇਖਿਆ ਵਿਚਾਰਾ ਦਿਨ ਚੁੱਪ ਕਰਕੇ ਵਗ ਗਿਆ ਹੈ। ਮੈਂ ਆਖਿਆ ਸਤਿ ਸ੍ਰੀ ਅਕਾਲ ਬਾਬਾ ਜੀ, ਕਹਿੰਦਾ ਜਾਂਦੀ ਰਹਤੀ ਹੈ ਤੇ ਕੁਛ ਨੀ ਬੋਲਿਆ ਤੇ ਤੇਰੀ ਬਾਜ ਹੋਰ ਤੱਕ ਆ ਜਾਂਦੀ। ਮੇਰੀ ਗੱਲ ਸੁਣ ਲੈ, ਮੂੰਹ ਦਾ ਮਿੱਠਾ ਅੰਦਰੋਂ ਜ਼ਹਿਰ ਘੋਲਦਾ, ਤੈਨੂੰ ਕੀ ਪਤਾ ਜਿਹੜਾ ਕੱਟਦਾ ਉਹੀ ਜਾਣੇ। ਚੱਲ ਕੋਈ ਨੀ, ਕਹਿੰਦੇ ਹੁੰਦੇ ਆ ਬੰਦੇ ਅਖੇ ਤੀਮੀਆਂ ਤਾਂ ਬੋਲਣੋਂ ਨੀ ਹਟਦੀਆਂ, ਪਰ ਇੱਕ ਗੱਲ ਦੇਖ ਲੈ ਮੇਰੀ ਛੱਡ, ਮੇਰੀ ਮਾਂ ਨਾਲ ਤੇਰੀ ਪੁਰਾਣੀ ਲਿਹਾਜ ਆ, ਆ ਖੰਡ ਦੀ ਕੌਲੀ ਨਾਲ ਦੱਸ ਕੀ ਹੁੰਦਾ। ਚੱਲ ਚੰਗਾ ਦੇ ਦਿੰਦੀ ਆ। ਆਹੋ।
ਅੰਮਾ ਜੀ ਧਰਮ ਨਾ ਬਾਹਲੀ ਕੰਜੂਸ ਆ, ਦੇਖ ਲੈ ਹੈਂ। ਯਾਦ ਨਹੀਂ ਹੈਗਾ ਵੀ ਤੇਰੀ ਸੱਸ ਨੇ ਸਾਡਾ ਅੱਧਾ ਘਰ ਵਿਹਲਾ ਕਰਤਾ ਸੀ। ਆ ਦੱਸਦੀ ਹੁੰਦੀ ਆ ਮੇਰੀ ਸੱਸ ਵੀ ਆਪ ਚੀਜ਼ਾਂ ਲੈ ਜਾਂਦੀ ਸੀ, ਮੋੜ ਕੇ ਜਾਂਦੀ ਸੀ, ਦੇਖ ਲਾ ਤੇਰੇ ਪੱਲੇ ਕੱਲੇ ਕੋਕਾ ਹੀ ਰਹਿ ਗਏ ਨਾ, ਤੇਰੇ ਪੱਲੇ ਡਾਂਗ ਹੈ, ਕੱਲੀਆਂ ਗੱਲਾਂ ਜੋਗਾ ਹੈ ਤੂੰ। ਤੂੰ ਹੁਣ ਤੱਕ ਕਰਿਆ ਕੀ ਆ ਮੈਨੂੰ ਦੱਸ ਦੇ। ਓਏ ਸਾਰਾ ਕੁਝ ਤਾਂ ਕਰਿਆ, ਪਹਿਲਾਂ ਤੇਰੇ ਨਾਲ ਵਿਆਹ ਕਰਾਇਆ। ਵਿਆਹ ਕਰਾਇਆ ਤੇ ਗਲਤੀ ਕਰਨੀ ਮੈਂ ਤੇਰੇ ਨਾਲ ਵਿਆਹ ਕਰਾ ਕੇ, ਮੈਂ ਤਾਂ ਪਛਤਾਉਂਦੀ ਪਛਤਾਉਂਦੀ ਜਾਂਦਿਆਂ ਨੂੰ ਕਿ ਜਿਹੜੀ ਤੇਰੇ ਨਾਲ ਵਿਆਹੀ ਗਈ ਮੈਂ। ਮੈਂ ਕਹਿੰਦਾ ਮੈਂ ਪਛਤਾਉਣਾ, ਧੜ ਕੀ ਬੋਲਣ ਲੱਗ ਜਾਂਦੀ ਆ, ਸਾਰੀ ਰਾਤ ਤੱਕ ਨਹੀਂ ਹਟਦੀ। ਵੀ ਉਦੋਂ ਤਾਂ ਕਹਿੰਦੇ ਸੀਗੇ ਅਸੀਂ ਮੁੰਡਾ ਨਾ ਬਾਹਲਾ ਸਿਆਣਾ ਹੈਗਾ, ਮੁੰਡੇ ਦੇ ਨਾ ਟਰਾਲੇ ਚੱਲਦੇ ਨੇ, ਮੁੰਡੇ ਦੇ ਤਾਂ ਘਰੇ ਕਮਾਈ 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 ਕਮਾਈ, ਥੋੜੀ ਥੋੜੀ ਧਰ ਧਰ ਭੁੱਲਿਆ ਕਰੂ। ਲੈ ਦੇਖ ਲੈ ਵੇ ਇੰਨੇ ਵੀ ਨੀ ਧਰ ਕੇ ਭੁੱਲੀ ਵੀ ਖਾਣ ਤੇ ਕੌਲੀ ਲਿਆਉਣ ਜੋਗੇ ਪੈਸੇ ਨੀ ਮੇਰੇ ਕੋਲੇ। ਉਹ ਹੁਣ ਤੂੰ ਚਾਹ ਬਣਾਈ ਬੈਠੀ ਆ, ਜਦੋਂ ਮੁੰਡਾ ਚਾਹ ਮੰਗਦਾ ਸੀ ਉਦੋਂ ਉਹਦਾ ਬਣਾਈ ਨੀ। ਬਣਾਵਾਂ ਕਿੱਥੋਂ ਬਣਾਵਾਂ ਕਿੱਥੋਂ ਵੇ, ਤੈਨੂੰ 4 ਦਿਨ ਹੋ ਗਏ ਪਿੰਡ ਦੀ ਨੂੰ, ਕਿ 2 ਦਿਨ ਤਾਂ ਵਿਆਹ ਕੇ ਨਾਂਗੇ, ਜਾ ਕੇ ਰਾਸ਼ਨ ਪੱਤਾ ਲਿਆ ਦੇ, ਘਰੇ ਕੋਈ ਰਿਸ਼ਤੇਦਾਰ ਆ ਜਾਂਦਾ ਚਾਹ ਬਣਾਉਣ ਵਾਸਤੇ, ਰਿਸ਼ਤੇਦਾਰ ਤਾਂ ਸ਼ੁਕਰ ਕਰਦੀ ਆ ਰੱਬ ਦਾ ਕੋਈ ਨਹੀਂ ਆਇਆ, ਤੇ ਆਪ ਦੇ ਪੀਣ ਨੂੰ ਵੀ ਹੈ ਨਹੀਂ ਪੂਰਾ ਖੰਡ। ਓਏ ਸਾਰੇ ਚਰਿੱਤਰ ਖੇਡਦੀਆਂ, ਸਾਰੀ ਖੰਡ ਖੁੰਡ ਸਾਰਾ ਕੁਝ ਹੈਗਾ ਸੀ, ਕਾਨੂੰ ਹੈਗਾ ਸੀ ਬੇ। ਹੁਣ ਮੰਗ ਕੇ ਲਿਆਈਆਂ ਅੰਮਾ ਜੀ ਤੋਂ, ਅਗਲੀ ਨੇ ਨਾਲ ਤਾਂ ਦੇਤੀ ਖੰਡ ਦੀ ਕੌਲੀ, ਤੇ ਨਾਲੇ ਪਤਾ ਕੀ ਕਹਿੰਦੀ, ਆਖੇ ਭਾਈ 4 ਕੌਲੀਆਂ ਤੇਰੇ ਤੋਂ ਖੰਡ ਦੀਆਂ ਪਹਿਲਾਂ ਲੈਣੀਆਂ ਨੇ, ਮੇਰੇ ਦਾਦਿਆਂ ਨੇ ਪੜਦਾਦਿਆਂ ਨੇ ਮੇਰੇ ਪਿਓ ਨੇ ਕਿਸੇ ਦੀ ਗੱਲ ਨੀ ਸਹੀ, ਆ ਜਿਹੜੀ ਮੈਂ ਖੰਡ ਦੀ ਕੌਲੀ ਪਿੱਛੇ ਸੁਣਦੀ ਫਿਰਦੀ। ਓ ਮੈਨੂੰ ਪਤਾ ਤੂੰ ਕਿਹੜੇ ਜੈਲਦਾਰਾਂ ਦੀ ਧੀ ਆ, ਕਿੰਨੀ ਇੱਜ਼ਤਾਂ ਦੀ ਧੀ ਆ, ਰਹਿਣ ਦੇ। ਉਹ ਚੁੱਪ ਕਰ ਜਾ, ਮੈਨੂੰ ਐ ਦੱਸ ਮੁੰਡਾ ਕਿੱਥੇ ਆ, ਮੁੰਡਾ ਕਿੱਥੇ ਆ, ਇੱਥੇ ਹੀ ਕਿਤੇ ਮੁੰਡਾ ਹੋਊਗਾ, ਫੜ ਜਾ ਫੜ ਲੈ ਨਾ, ਜਾ ਕੇ ਹੁਣ ਕਿਸੇ ਦੁਕਾਨ ਤੋਂ ਰਾਸ਼ਨ ਪੱਤਾ ਲਿਆ, ਨਹੀਂ ਮੈਂ ਤਾਂ ਚੱਕ ਕੇ ਨਾ ਸਾਰਾ ਡੰਡ ਬੈਠ ਕੇ ਬਾਹਰ ਮਾਰਨਾ, ਭਾਡੇ ਪੁੰਡੇ ਫਿਰ ਖਾ ਲਵਾ ਦੀਆਂ। ਕੋਈ ਗੱਲ ਨਹੀਂ, ਤੈਨੂੰ ਲਿਆ ਦਾਂ ਰਾਸ਼ਨ ਪੱਤਾ। ਉਹ ਮੈਂ ਆਪਦੇ ਮਾਮੇ ਤੋਂ ਐਂ ਪੁੱਛਣਾ ਗਾ ਵੀ ਕੀ ਸੋਚ ਕੇ ਇਹਦੇ ਨਾਲ ਵਿਆਹੀ ਸੀਗੀ, ਆਪਦੀ ਕੁੜੀ ਤਾਂ ਸੋਨੇ ਡੋਬੀ ਡੋਬੀ ਨਾਲ ਮੈਂ ਵੀ ਡੋਬਤਾ, ਤੰਗ ਆ ਗਿਆ ਮੈਂ ਤੁਹਾਡੀ ਲੜਾਈ ਤੋਂ। ਬੇ ਮਾੜੀ ਮੋਟੀ ਸ਼ਰਮ ਕਰ ਲਾ ਬੋਲਣ ਲੱਗਿਆ, ਬੇ ਤੈਨੂੰ ਸ਼ਰਮ ਤਾਂ ਹੈ ਨੀ ਭੋਰਾ, ਹੈ ਨਾ ਇੱਥੇ ਖੜ ਕੇ ਬੋਲੀ ਜਾਂਦਾ, ਉਤਲੀ ਛੱਤ ਤੇ ਹੋ ਕੇ ਬੋਲ ਪੈ, ਵੀ ਜੇ 4 ਲੋਕਾਂ ਨੂੰ ਨਹੀਂ ਪਤਾ ਲੱਗਿਆ ਵੀ ਤੁਹਾਡੇ ਘਰੇ ਲੜਾਈ ਆ, ਤਾਂ ਉਹਨਾਂ ਨੂੰ ਪਤਾ ਲੱਗ ਜੇ, ਬੇ ਪਿੰਡ ਵਾਲੇ ਤਾਂ ਪਹਿਲਾਂ ਹੀ ਮੈਨੂੰ ਤਾਨੇ ਮਾਰਦੇ ਨੇ ਵੀ ਤੁਹਾਡੇ ਘਰੇ ਕਰੇ ਲੜਾਈ ਨਾ ਮੁੱਕੀ, ਸਭ ਦੇ ਘਰੇ ਸ਼ਾਂਤੀ ਹੋ ਜੂਗੀ, ਹਾੜੇ ਰੱਬ ਦਾ ਵਾਸਤਾ ਚੁੱਪ ਕਰ ਜਾ। ਮੈਂ ਤਾਂ ਜਿਹੜੇ ਦੁੱਖ ਕੱਟਦੀਆਂ ਕੱਟਦੀਆਂ, ਆਹ ਤੇਰੇ ਸਿਰ ਤੇ 4 ਦਿਨ ਮੈਂ ਆਇਸ਼ ਕਰਨੀ ਆ, ਤੂੰ ਤਾਂ ਮੇਰੇ ਬਾਰੇ ਸੋਚ ਲੈ। ਆ ਦੇਖ ਲਾ ਮੁੰਡੇ ਨੇ ਸਾਬਤ ਕਰਤਾ ਵੀ ਜਿਹੇ ਬੱਚੇ, ਮੈਂ ਤੈਨੂੰ ਕਹਿਣਾ ਨਾ ਨਾ ਵੀ ਪਿਆਰ ਨਾਲ ਬੋਲਿਆ ਕਰ, ਓਏ ਪੁੱਤਾ ਆਪਦੇ ਮਾਮੇ ਨੂੰ ਲਾਂਬਾ ਦੇਈ ਪੂਰਾ, ਮੇਰੇ ਕਿਹੜੇ ਹੋ ਵੀ ਇਹ ਬੋਲੋ ਨੀ ਹਟਦੀ, ਜਮਾ ਵੀ ਉੱਠਾ ਬੋਲਦੀ ਆ। ਟਿਕ ਲੈ ਟਿਕ ਲੈ, ਹਜੇ ਵੀ ਟਿਕ ਲੈ ਚੰਗਾ ਰਹੇਗਾ, ਆ ਜਿਨ੍ਹਾਂ ਦੇ ਜਵਾਕ ਹੱਥੋਂ ਨਿਕਲੇ ਫਿਰਦੇ ਆ ਨਾ, ਉਹਨਾਂ ਨੂੰ ਪੁੱਛ ਕੇ ਦੇਖ ਵੀ ਉਹਨਾਂ ਦਾ ਕੀ ਹਾਲ, ਜਿਵੇਂ ਮੈਂ ਕਹਿ ਤਾ ਉਵੇਂ ਹੀ ਮੇਰੇ ਆਖੇ ਲੱਗ ਜੂਗਾ,
ਓਏ ਟਿਕਿਆ ਹੋਈ ਆ, ਜੇ ਮੈਂ ਬੋਲਣ ਲੱਗ ਗਿਆ ਨਾ ਫਿਰ ਤੇਰੇ ਪੇਕਿਆਂ ਨੂੰ ਸਾਰਾ ਪਤਾ ਲੱਗ ਜੂ ਵੀ ਪ੍ਰਾਹੁਣਾ ਕੌਣ ਹੁੰਦਾ। ਆਹੋ ਪ੍ਰਾਹੁਣਾ ਕੌਣ ਹੁੰਦਾ, ਪ੍ਰਾਹੁਣਾ ਕੌਣ ਹੁੰਦਾ, ਤੂੰ ਉਹਨਾਂ ਨੂੰ ਜਾਣਦਾ ਤੇ ਉਹ ਤੈਨੂੰ ਜਾਣਦੇ ਨੇ, ਤੇਰਾ ਕਿਹੜਾ ਅੱਜ ਦਾ ਵਾਹ ਵਾਸਤਾ। ਕਿੰਨਾ ਬੋਲਦੀ ਆ ਇਹ ਓਏ, ਗੱਲ ਤੇ ਅੰਗੂਠਾ ਰੱਖੀ ਨੀ ਕਿਸੇ ਨੇ। ਓ ਮੇਰੀ ਜਾਨ ਆ ਗਈ ਵੇ, ਅੱਜ ਕਿਹੜੇ ਪਾਸੇ ਸੂਰ ਚੜ ਗਿਆ ਵੇ, ਹਾਏ ਮੇਰੀ ਜਾਨ ਆ ਗਈ ਵੇ। ਓ ਕਿੰਨਾ ਟਾਈਮ ਕਿੱਧਰ ਦੀ ਤੂੰ, ਓ ਹੱਦਾਂ ਜੋੜੇ ਪਾਲਣ ਦੇ। ਹਾਂ ਖੁਸ਼ੀ ਦੇ ਵਿੱਚ ਨਾ ਪਤੀ ਨੀ ਲੱਗਿਆ ਵੀ ਕੀ ਬੋਲਣਾ। ਮੇਰੀ ਜਾਨ ਆ ਗਈ ਜਾਨ, ਮੇਰੀ ਸੁਣ ਲੈ, ਇੰਨੇ ਪਿਆਰ ਨਾਲ ਤਾਂ ਮੈਨੂੰ ਨੀ ਤਾਂ ਜਾਣ ਕਿਹਾ, ਇਹ ਤੇਰੀ ਜਾਨ ਕਿਵੇਂ ਹੋ ਗਈ, ਨਾਲੇ ਇਹ ਕਿਹੜੀ ਬਲਾ, ਮੈਂ ਤਾਂ ਪਹਿਲੀ ਵਾਰ ਦੇਖੀ। ਓ ਤੂੰ ਚੁੱਪ ਕਰ ਜਾ, ਇਹ ਤਾਂ ਮੇਰੀ ਜਾਨ ਆ।